जोश विच ते गुस्से विच की फर्क है, उहदे उत्ते हुण मैं थोड़ा जिहा आप जी नाल सांझा करां। जोश किहनू कहिंदे ने ते गुस्सा किहनू कहिंदे। गुरबाणी अनुसार साडे शरीर दे विच इक बड़ी वड्डी ताकत है, और कल्ली पई होई नहीं, उह नालों नाल बणदी है, रोज ताकत बनी जांदी है। ਉਹਦਾ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਸਤੇਮਾਲ ਕਰਨਾ ਹੁੰਦਾ। ਜੇ ਇਸ ਨੁਕਤੇ ਨੂੰ ਤੁਸੀਂ ਧਿਆਨ ਨਾਲ ਸੁਣੋਗੇ ਤੇ ਆਪ ਜੀ ਨੂੰ ਸਮਝ ਆ ਜਾਏਗੀ ਸਿਮਰਨ ਕਿਉਂ ਕਰੀਦਾ। ਸਾਡੇ ਸਰੀਰ ਦੇ ਵਿੱਚ ਜਿਵੇਂ ਖੂਨ ਬਣਦਾ ਹੈ ਹਰ ਰੋਜ਼, ਇਸੇ ਤਰ੍ਹਾਂ ਸਾਡੇ ਵਿੱਚ ਇੱਕ ਅੰਦਰ ਐਨਰਜੀ ਬਣਦੀ, ਸੂਖਸ਼ਮ ਲਗਾਤਾਰ ਬਣੀ ਜਾ ਰਹੀ ਹੈ, ਲਗਾਤਾਰ ਅਸੀਂ ਉਹਨੂੰ ਸਿਰਫ ਰਾਹ ਦੇਣਾ ਹੈ। जे असी उन्हूं सही ठीक ते राह नहीं देंदे ते उहदा ही काम बनता है, उहदा ही क्रोध बनता है, उहदा ही लोभ बनता है, उही मोह उही ते हंकार, ये चीजा उन्हूं बाहर निष्कासित कर देंदियां ने, कढ देंदियां ने उस शक्ति नूं, ते असी कहिंदे आ हुण शांति भी आ गई थोड़ी। जिवें कोई आदमी तुसीं वेख्या कि जदों क्रोध करदा है पहला बड़ा शांत हुंदा, पर जदों किसी नूं चार गालां कढ लैंदा परत के जाके मत्थे ते हथ रख के बड़े आराम नाल सौंदा, वी शांति आ गई। पुछो भी शांति कदी आई, की मिले? क्रोधी लोग जदों कोई भी लड़दा झगड़दा बड़ी गहरी नींद विच सौंदे ने। पर इसे तरह दूजे जिन्ने भी विकार ने जदों असीं उहनां नूं वरत लैंदे आ परत के, एक शांति विच मनुख चला जांदा। इहदा की कारण ने इनू समझना पड़ेगा। सिर्फ वो जिहड़ी ताकत साडे अंदर रोकी हुई सी ना, वो निकल गई, थोड़ी जी शांति आ गई। मजबूर है मनुख इन्हां दा इस्तेमाल करन वास्ते, पर जदों इस शक्ति नूं असीं नाम नाल जोड़ देने आ, नाम इहनूं अमृत विच बदलना शुरू कर देंदा, इहदा ही अमृत बणदा। काम दा, क्रोध दा, लोभ दा, मोह दा, ਇਹ ਸ਼ਕਤੀ ਜਿਹੜੀ ਹੈ ਜਦੋਂ ਬਦਲ ਜਾਂਦੀ ਹੈ ਨਾਮ ਦੇ ਨਾਲ, ਸ਼ਬਦ ਦੇ ਦੁਆਰਾ, ਇਹਦਾ ਹੀ ਅੰਮ੍ਰਿਤ ਬਣ ਜਾਂਦਾ ਹੈ। ਤੇ ਫਿਰ ਉਧਰ ਇਕੱਠੀ ਨਹੀਂ ਹੁੰਦੀ, ਇਹਨੂੰ ਰਸਤਾ ਮਿਲ ਜਾਂਦਾ, ਨਾਲੋਂ ਨਾਲ ਨਿਕਾਸ ਸ਼ੁਰੂ ਹੋ ਜਾਂਦਾ। ਕੋਈ ਵੀ ਆਦਮੀ, ਕੋਈ ਵੀ ਯੋਗੀ, ਕੋਈ ਵੀ ਸਮਾਧੀ ਵਾਲਾ ਇਹਨੂੰ ਰੋਕ ਨਹੀਂ ਸਕਿਆ ਅੱਜ ਤੱਕ। ਬਸ ਇਹਨੂੰ ਸਿਰਫ ਡਿਵੈਲਪ ਕੀਤਾ ਜਾ ਸਕਦਾ, ਸ਼ਬਦ ਦੇ ਰਾਹੀਂ ਅੰਮ੍ਰਿਤ ਵਿੱਚ ਬਦਲਿਆ ਜਾ ਸਕਦਾ। ਉਹਨਾਂ ਲੋਕਾਂ ਦੇ ਕਾਮ ਕ੍ਰੋਧ ਲੋਭ ਮੋਹ ਖਤਮ ਹੋਏ ਨੇ, ਕ੍ਰੋਧ ਉਹਨਾਂ ਦੇ ਜੋਸ਼ ਵਿੱਚ ਬਦਲਿਆ ਜਿਹੜੇ ਨਾਮ ਨਾਲ ਜੁੜ ਗਏ। ਨਾਮ ਨੇ ਉਹਨਾਂ ਦੇ ਕ੍ਰੋਧ ਨੂੰ ਬਦਲ ਕੇ ਜੋਸ਼ ਬਣਾ ਦਿੱਤਾ। ਕ੍ਰੋਧ ਦੇ ਵਿੱਚ ਜਦੋਂ ਗੁੱਸਾ ਆਉਂਦਾ ਹੈ ਤੇ ਸਰੀਰ ਦੇ ਬਹੁਤ ਸਾਰੇ ਰੋਗ ਲੱਗਦੇ। ਬਾਬਾ ਫਰੀਦ ਸਾਹਿਬ ਕਹਿੰਦੇ ਦੇਹ ਦੀ ਅਰੋਗਤਾ ਦਾ ਉਹਨਾਂ ਰਾਜ ਦੱਸਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਇੱਥੇ ਹੰਢਾਏ ਸ਼ਬਦ ਕਿਹਾ, ਇੱਥੇ ਹੰਢਾਉਣ ਦਾ ਮਤਲਬ ਹੈ ਇੱਕ ਗੁੱਸਾ ਹੁੰਦਾ ਬਾਹਰੋਂ ਨਿਕਲ ਜਾਂਦਾ, ਇੱਕ ਹੁੰਦਾ 24 ਘੰਟੇ ਸਾਡੇ ਵਿੱਚ ਵੱਸਦਾ ਕਿਸੇ ਦੇ ਪ੍ਰਤੀ। ਜਦੋਂ ਅੰਦਰ ਰਹਿੰਦਾ, ਜਿਵੇਂ ਆਪਾਂ ਹੁਣ ਕਮੀਜ਼ ਪਾਇਆ, ਇਹ ਨਹੀਂ ਵੀ 2 ਮਿੰਟ ਪਾਇਆ ਲਾਹ ਦਿੱਤਾ, ਆਮ ਗੁੱਸਾ 2-4 ਮਿੰਟ ਆਉਂਦਾ, ਪਰ ਜਦੋਂ ਗੁੱਸਾ ਅੰਦਰ ਗੁਪਤ ਰੂਪ ਵਿੱਚ ਬੈਠ ਜਾਂਦਾ ਕਿਸੇ ਦੇ ਪ੍ਰਤੀ, ਉਦੋਂ ਉਹ ਕੱਪੜਾ ਬਣ ਕੇ ਨਾਲ ਸਾਡੇ ਗਲ ਵਿੱਚ ਪਿਆ ਰਹਿੰਦਾ 24 ਘੰਟੇ। ਉਹ ਫਿਰ ਸਾਡੇ ਸਰੀਰ ਦੇ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰਦਾ। ਉਹਨੂੰ ਕਹਿ ਹੰਢਾਉਣਾ ਗੁੱਸੇ ਨੂੰ, ਜਿਵੇਂ ਗੁੱਸਾ ਹੰਢਾ ਸਕਦਾ ਆਦਮੀ, ਇਸ ਤਰ੍ਹਾਂ ਹੀ ਲੋਭ ਵੀ ਹੰਢਾਉਂਦਾ, ਮੋਹ ਵੀ, ਕਾਮ ਵੀ, ਹੰਕਾਰ ਵੀ। ਸਤਿਗੁਰੂ ਨੇ ਕਹਿ ਨੂੰ ਹੰਢਾ ਨਾ, ਜੇ ਤੂੰ ਹੰਢਾਏਗਾ ਤੇ ਤੇਰੇ ਸਰੀਰ ਦੇ ਵਿੱਚ ਰੋਗ ਬਿਮਾਰੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਤੂੰ ਨਾਮ ਨਾਲ ਜੁੜੇਗਾ, ਅਕਾਲ ਪੁਰਖ ਦੇ ਪ੍ਰੇਮ ਨਾਲ ਜੁੜੇਗਾ, ਤਾਂ ਉਸ ਵੇਲੇ ਇਹ ਜਿਹੜਾ ਕ੍ਰੋਧ ਹੈ ਇਹਦਾ ਸਰੂਪ ਬਦਲਣਾ ਸ਼ੁਰੂ ਹੋ ਜਾਏਗਾ। ਜਦੋਂ ਸਰੂਪ ਬਦਲ ਜਾਏਗਾ, ਉਦੋਂ ਇਹ ਜੋਸ਼ ਬਣ ਜਾਏਗਾ, ਇਹ ਤਾਕਤ ਬਣ ਜਾਏਗੀ।